ਖਬਰ ਲੈਂਦੇ ਹਾਂ ਮੌੜ ਮੰਡੀ ਤੋਂ, ਜਿੱਥੇ ਲੋਕ ਨਵਾਂ ਸਾਲ ਮਨਾਉਣ ਲਈ ਹੋਟਲ ਅਤੇ ਕਲੱਬਾਂ ਵਿੱਚ ਜਾਂਦੇ ਨੇ ਤੇ ਉੱਥੇ ਦੂਸਰੇ ਪਾਸੇ ਮੌੜ ਮੰਡੀ ਦੇ ਗੀਤਾ ਭਵਨ ਦੇ ਵਿੱਚ ਨਵਾਂ ਸਾਲ ਬੜੀ ਧੂਮਧਾਮ ਨਾਲ ਮਨਾਇਆ ਗਿਆ। ਔਰ ਇਸ ਸ਼ੁਭ ਮੌਕੇ ਤੇ ਸੁਪ੍ਰਸਿੱਧ ਭਜਨ ਗਾਇਕ ਦਿਨੇਸ਼ ਸ਼ਰਮਾ ਜੀ ਨੇ ਹਾਜ਼ਰੀ ਲਗਾਈ। ਸ਼੍ਰੀ ਸਾਲਾਸਰ ਬਾਲਾ ਜੀ ਦੇ ਭਜਨ ਗਾ ਕੇ ਆਏ ਹੋਏ ਸ਼ਰਧਾਲੂਆਂ ਦਾ ਮਨ ਮੋਹ ਲਿਆ ਔਰ ਇਸ ਸਮੇਂ ਚਾਹ ਤੇ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ। ਆਓ ਲੈਂਦੇ ਹਾਂ ਖੂਬਸੂਰਤ ਭਜਨਾਂ ਦਾ ਆਨੰਦ। ਮੰਡੀ ਤੋਂ ਹਰਮਿੰਦਰ ਸਿੰਘ ਦੀ ਰਿਪੋਰਟ। ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਪੰਡਿਤ ਹਰੀਸ਼ ਕੁਮਾਰ ਜੀ ਨੂੰ ਬਿਨਾਂ ਦੱਸੇ ਆਪਣੇ ਦਿਲ ਦੀ ਗੱਲ ਜਾਣੋ। ਕੀਤਾ ਕਰਾਇਆ ਜਾਦੂ ਟੋਣਾ ਗ੍ਰਹਿ ਲਈ ਕਾਰੋਬਾਰ ਅਤੇ ਵਿਦੇਸ਼ ਸੰਬੰਧੀ ਆਪਣੀ ਹਰ ਸਮੱਸਿਆ ਬਾਰੇ ਤੁਸੀਂ ਪੰਡਿਤ ਜੀ ਨੂੰ ਬਿਨਾਂ ਦੱਸੇ ਜਾਣ ਸਕਦੇ ਹੋ। ਪੰਡਿਤ ਹਰੀਸ਼ ਕੁਮਾਰ ਜੀ ਨੂੰ ਬਿਨਾਂ ਦੱਸੇ ਆਪਣੇ ਦਿਲ ਦੀ ਗੱਲ ਜਾਣੋ। ਪੰਡਿਤ ਹਰੀਸ਼ ਕੁਮਾਰ ਜੀ ਨੂੰ ਬਿਨਾਂ ਦੱਸੇ ਆਪਣੇ ਦਿਲ ਦੀ ਗੱਲ ਜਾਣੋ।